कैनेडा की प्रसिद्धि अक्सर उस कौड़ी हकीकत नूं छुपाउंदी है जिसका सामना अंतरराष्ट्रीय विद्यार्थियों नूं उस देश विच पहुंचण ते हुंदा है। तीन दहाकियां विच देश विच महंगाई सब तो उच्चे पद्धर ते पहुंच चुकी है जिस दे नाल विदेशी विद्यार्थियों लई फीसा विच वाधा अते वध रहे रहन सहन दीआं लागतां विच रहना लगभग असंभव साबित हो रहा। ट्यूशन फीसा च हो रहे लगातार वाधे ने अंतरराष्ट्रीय विद्यार्थियों दीआं चिंतावां वधाईआं होईआं ने। दस दईए कि अल्बर्टा यूनिवर्सिटी दे विच इंटरनेशनल स्टूडेंट्स 2023-2024 अकैडमिक ईयर विच उहनां दी ट्यूशन फीस दे 6% वाधा होण दा ऐलान हो चुकिआ। इस वाधे दा उस साल दाखला लैण वाले लगभग 4,109 अंतरराष्ट्रीय विद्यार्थियों ते असर पैण दा अनुमान है। इस दे नाल ही आर्ट अते साइंस दीआं ज़्यादातर डिग्रियां विच लगभग $10,000 दा वाधा भी होवेगा। कैलगरी यूनिवर्सिटी विच इंटरनेशनल स्टूडेंट्स लई ट्यूशन फीस मई च 10% वध गई जिसका लगभग 6,000 विद्यार्थी प्रभावित हुए ने। स्टैटिक्स कैनेडा ने पिछली गिरावट विच रिपोर्ट किया कि औसतन अल्बर्टा विच इंटरनेशनल अंडर ग्रैजुएट स्टूडेंट्स ने अपने कैनेडियन काउंटरपार्ट्स के मुकाबले 6,600 के मुकाबले ट्यूशन फीस विच प्रति साल $28,000 का भुगतान किया है। ਤੁਸੀਂ ਦੇਖ ਸਕਦੇ ਹੋ ਕਿ ਕਿੱਥੇ 6,000 ਕਿੱਥੇ 28,000 ਕਿੰਨਾ ਫਰਕ ਹੈ, ਇੰਟਰਨੈਸ਼ਨਲ ਸਟੂਡੈਂਟਸ ਤੇ ਕਿੰਨਾ ਬੋਝ ਪੈ ਰਿਹਾ। ਕੈਨੇਡਾ ਦੇ ਵਿੱਚ ਰਾਸ਼ਟਰੀ ਤੌਰ ਤੇ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਤੋਂ ਸਭ ਤੋਂ ਵੱਧ ਲਈਆਂ ਜਾਣ ਵਾਲੀਆਂ ਟਿਊਸ਼ਨ ਫੀਸਾਂ ਦੇ ਵਿੱਚ ਅਲਬਰਟਾ ਚੌਥੇ ਨੰਬਰ ਤੇ ਹੈ। ਇਸ ਤੋਂ ਪਹਿਲਾਂ ਹਨ ਕਿਊਬੈਕ, ਉਸ ਦੇ ਪਿੱਛੇ ਨੇ ਬ੍ਰਿਟਿਸ਼ ਕੋਲੰਬੀਆ ਅਤੇ ਓਨਟੈਰੀਓ ਜੋ ਕਿ ਪ੍ਰਤੀ ਵਿਦਿਆਰਥੀ ਔਸਤਨ $40,000 ਤੋਂ ਵੱਧ ਚਾਰਜ ਕਰਦੇ ਹਨ। ਯੂਨੀਵਰਸਿਟੀ ਆਫ ਅਲਬਰਟਾਜ਼ ਇੰਟਰਨੈਸ਼ਨਲ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਧੀਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਜੇਕਰ ਯੂਨੀਵਰਸਿਟੀਆਂ ਕੋਲ ਟਿਊਸ਼ਨ ਨੂੰ ਆਪਣੀ ਮਰਜ਼ੀ ਨਾਲ ਵਧਾਉਣ ਦੀ ਸੁਤੰਤਰ ਇੱਛਾ ਹੈ ਤਾਂ ਇਹ ਪ੍ਰਭਾਵਿਤ ਕਰੇਗਾ ਕਿ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀ ਨਾ ਸਿਰਫ ਯੂਨੀਵਰਸਿਟੀ ਵਿੱਚ ਆਉਂਦੇ ਨੇ ਸਗੋਂ ਇਹ ਵੀ ਕਿ ਅਲਬਰਟਾ ਕੈਨੇਡਾ ਤੱਕ ਅਤੇ ਇਹ ਅਰਥ ਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਨ ਜਾ ਰਿਹਾ। ਕੈਨੇਡਾ ਦੀ ਯੂ ਆਫ ਏ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਦੇ ਨਿਯਮ ਦੀ ਮੰਗ ਵੀ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪੈ ਰਹੇ ਇਸ ਆਰਥਿਕ ਬੋਝ ਬਾਰੇ ਟਰੂਡੋ ਦੀ ਸਰਕਾਰ ਕੀ ਕਦਮ ਚੱਕਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।